ਬਹੁਤ ਵਧੀਆ ਸੀਗੇ ਬਸ ਸਾਨੂੰ ਇੱਕ ਦੁੱਖ ਸੀਗਾ ਜਿਹੜਾ ਸੀ ਆਸਟ੍ਰੇਲੀਆ ਵਾਲਾ ਮੈਚ ਅਸੀਂ ਹਾਰੇ ਸੀਗੇ ਈਜ਼ੀ ਨਹੀਂ ਸੀਗਾ ਬਹੁਤ ਡਿਫਿਕਲਟ ਸੀਗਾ ਬਟ ਉਸ ਨੂੰ ਅਸੀਂ ਬੜਾ ਕੰਮ ਲੈ ਕੇ ਉਹ ਚੀਜ਼ ਦਾ ਜਿਹੜਾ ਰਿਜ਼ਲਟ ਅਸੀਂ ਲਿਆਇਆ ਤਾਂ ਵੀ ਸਰਕਾਰਾਂ ਵੱਲੋਂ ਹੁਣ ਪਹਿਲਾਂ ਨਾਲੋਂ ਵੱਧ ਧਿਆਨ ਦਿੱਤਾ ਜਾ ਰਿਹਾ ਆਪਣੇ ਇਸ ਜਿਹੜੀ ਨਵੀਂ ਸਰਕਾਰ ਆ ਉਹ ਕੰਮ ਇਸ ਜੀਤੇ ਸ਼ੁਰੂ ਕਰਤਾ ਆ ਔਰ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਹੋ ਜਾਏਗਾ ਉਮੀਦ ਹੈ ਸਾਨੂੰ ਤੁਸੀਂ ਵੀ ਇਹ ਮੰਨਦੇ ਹੋ ਜੌਬ ਜਿਹੜੀ ਹੈਗੀ ਐ ਉਹ ਤੁਹਾਨੂੰ ਨਹੀਂ ਮਿਲਦੀ ਸਾਰਿਆਂ ਨੂੰ ਬਹੁਤ ਸਮੇਂ ਤੋਂ ਕਿੰਨੇ ਕੁ ਜ਼ਰੂਰੀ ਮੰਨਦੇ ਹੋ ਹਾਕੀ ਖੇਡ ਕੇ ਆਪਾਂ ਆਪਣੀ ਫੈਮਿਲੀ ਨੂੰ ਨਹੀਂ ਪਾਲ ਸਕਦੇ ਸੋ ਜੌਬ ਬਹੁਤ ਜ਼ਰੂਰੀ ਹੈ ਪਲੇਸ ਨੂੰ ਇੰਡੀਅਨ ਔਮਨ ਹਾਕੀ ਟੀਮ ਦੇ ਵਿੱਚ ਇਸ ਵਾਰ ਜਿਹੜੀ ਕਾਮਯਾਬੀ ਮਿਲੀ ਹੈ ਟੀਮ ਨੂੰ ਉਹਦੇ ਵਿੱਚ ਵੱਡਾ ਰੋਲ ਪਲੇ ਕਰਨ ਵਾਲੀ ਗੁਰਜੀਤ ਕੌਰ ਸਾਡੇ ਨਾਲ ਮੌਜੂਦ ਹੈ ਇਹਨਾਂ ਨੂੰ ਅੱਜ ਸਰਕਾਰ ਵੱਲੋਂ ਸਨਮਾਨਿਤ ਜਿਹੜਾ ਕੀਤਾ ਗਿਆ ਗੁਰਜੀਤ ਕੌਰ ਜੀ ਕਿਵੇਂ ਦਾ ਰੀਆਤ ਜ਼ਰਬੇਸਵਾਰੀ ਇੱਕ ਹੋਰ ਕਾਮਯਾਬੀ ਟੀਮ ਦੇ ਹਿੱਸੇ ਆਈ ਕਾਮਨਵੈਲਥ ਗੇਮਸ ਦੇ ਦੌਰਾਨ ਤੇ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਕਿਵੇਂ ਲੱਗਿਆ ਅ ਬਿੱਲਾ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਾਂਗੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਮਤਲਬ ਪਲੇਅਰਸ ਨੂੰ ਇੰਨੀ ਜਲਦੀ ਇੱਕ ਛੋਟਾ ਜਿਹਾ ਫੰਕਸ਼ਨ ਰੱਖ ਕੇ ਉਹਨਾਂ ਨੂੰ ਜਿਹੜਾ ਰਿਵਾਰਡ ਸੀਗਾ ਉਹਨਾਂ ਦੇ ਦਿੱਤਾ ਗਿਆ ਆ ਇਹਦੇ ਨਾਲ ਪਲੇਅਰਸ ਦਾ ਜਿਹੜਾ ਹੌਂਸਲਾ ਜਿਹੜਾ ਵੱਧਾ ਹੈਗਾ ਆ ਔਰ ਜਿ ਆਪਾਂ ਮੈਚਾਂ ਦੀ ਗੱਲ ਕਰੀਏ ਮੈਚ ਬਹੁਤ ਵਧੀਆ ਸੀਗੇ ਬਸ ਸਾਨੂੰ ਇੱਕ ਦੁੱਖ ਸੀਗਾ ਜਿਹੜਾ ਅਸੀਂ ਆਸਟ੍ਰੇਲੀਆ ਵਾਲਾ ਮੈਚ ਅਸੀਂ ਹਾਰੇ ਸੀਗੇ ਬਟ ਉਸ ਚੀਜ਼ ਨੂੰ ਜਿੰਨੀ ਜਲਦੀ ਇੱਕ ਪਲੇਅਰ ਮੂਵ ਔਨ ਕਰਕੇ ਆਪਣਾ ਨੈਕਸਟ ਡੇ ਜਿਹੜਾ ਸਾਡਾ ਮੈਚ ਸੀਗਾ ਉਹਨੂੰ ਅਸੀਂ ਮੂਵ ਔਨ ਕਰਕੇ ਖੇਡੇ ਆ ਈਜ਼ੀ ਨਹੀਂ ਸੀਗਾ ਬਹੁਤ ਡਿਫਿਕਲਟ ਸੀਗਾ ਬਟ ਉਸ ਨੂੰ ਅਸੀਂ ਬੜਾ ਕੰਮ ਲੈ ਕੇ ਉਹ ਚੀਜ਼ ਦਾ ਜਿਹੜਾ ਰਿਜ਼ਲਟ ਅਸੀਂ ਲਿਆ ਆ ਕਿਉਂਕਿ ਐਸੀ ਟੀਮ ਖੇਲੇ ਆ ਉਹਦਾ ਰਿਜ਼ਲਟ ਜਿਹੜਾ ਸਭ ਨੂੰ ਦਿਖ ਰਿਹਾ ਆ ਅਛਾ ਲੱਗਦਾ ਵੀ ਸਰਕਾਰਾਂ ਵੱਲੋਂ ਹੁਣ ਪਹਿਲਾਂ ਨਾਲੋਂ ਵੱਧ ਧਿਆਨ ਦਿੱਤਾ ਜਾ ਰਿਹਾ ਪਲੇਅਰਸ ਦੇ ਉੱਤੇ ਜਿਵੇਂ ਫੰਕਸ਼ਨਸ ਹੋ ਰਹੇ ਨੇ ਸਨਮਾਨਿਤ ਕੀਤਾ ਜਾਂਦਾ ਹੈ ਜਾਂ ਚਾਹੇ ਡਾਈਟ ਦੀ ਗੱਲ ਹੋਵੇ ਸੀਐਮ ਸਾਹਿਬ ਨੇ ਆਪੇ ਜ਼ਿਕਰ ਕੀਤਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਾਫੀ ਟਾਈਮ ਹੋ ਗਿਆ ਕਿ ਫਰਕ ਪੈ ਰਿਹਾ ਹੌਲੀ ਹੌਲੀ ਅ ਲੱਗ ਰਿਹਾ ਕਿ ਜਿਵੇਂ ਹੌਲੀ ਹੌਲੀ ਜਿਹੜੀ ਨਵੀਂ ਸਰਕਾਰ ਆ ਉਹ ਕੰਮ ਇਸ ਚੀਜ਼ ਤੇ ਸ਼ੁਰੂ ਕਰਤਾ ਆ ਔਰ ਆਉਣ ਵਾਲੇ ਸਮੇਂ ਵਿੱਚ ਬਹੁਤ ਵਧੀਆ ਹੋ ਜਾਏਗਾ ਉਮੀਦ ਹੈ ਸਾਨੂੰ ਸੋ ਬਾਕੀ ਸਰਕਾਰਾਂ ਵੀ ਐਵੇਂ ਹੀ ਉਮੀਦ ਬਣਾਈ ਰੱਖਣ ਆਪਣਾ ਜਿਹੜਾ ਕੰਮ ਆ ਐਵੇਂ ਹੀ ਕਰਦੇ ਰਹਿਣ ਪਲੇਅਰਾਂ ਦਾ ਜਿਹੜਾ ਹੌਸਲਾ ਵਜਾਈਏ ਉਹ ਦਰਿੰਦਿਆਂ ਜੀ ਆਪਕੋ ਭਗਵਾਨ ਜੀ ਨੇ ਕਿਹਾ ਵੀ ਹਾਕੀ ਦੇ ਨਾਲ ਕੱਲਾ ਹਾਕੀ ਖੇਡਣ ਦੇ ਨਾਲ ਚੁੱਲ੍ਹੇ 'ਤੇ ਰੋਟੀ ਨਹੀਂ ਪੱਕਦੀਗੀ, ਗੁਜ਼ਾਰਾ ਨਹੀਂ ਚੱਲਦਾ ਕਰਦਾ। ਤੁਸੀਂ ਵੀ ਇਹ ਮੰਨਦੇ ਹੋ ਜੌਬ ਜਿਹੜੀ ਹੈਗੀ ਐ ਉਹ ਤੁਹਾਨੂੰ ਨਹੀਂ ਮਿਲ ਰਹੀ ਸਾਰਿਆਂ ਨੂੰ ਬਹੁਤ ਸਮੇਂ ਤੋਂ। ਕਿੰਨੀ ਜ਼ਰੂਰੀ ਮੰਨਦੇ ਹੋ? ਬਿਲਕੁਲ ਇਹ ਚੀਜ਼ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇੱਕ ਹਾਕੀ ਹੇਡ ਕੇ ਆਪਾਂ ਆਪਣੇ ਫੈਮਿਲੀ ਨੂੰ ਨਹੀਂ ਪਾਲ ਸਕਦੇ। ਸੋ ਜੌਬ ਬਹੁਤ ਜ਼ਰੂਰੀ ਹੈ ਪਲੇਅਰਸ ਨੂੰ ਤਾਂ ਕਿ ਪਲੇਅਰਸ ਜਿਹੜੀ ਆਪਣੀ ਅੱਛੀ ਟ੍ਰੇਨਿੰਗ ਕਰ ਸਕਣ ਆਪਣਾ ਦਿਲ ਲਾ ਕੇ ਟ੍ਰੇਨਿੰਗ ਕਰ ਸਕਣ ਕਿਉਂਕਿ ਇੱਕ ਜੌਬ ਹੋਗੀ ਤਾਂ ਉਹਨਾਂ ਨੂੰ ਇਸ ਚੀਜ਼ ਦੀ ਅਗਲਾ ਚੀਜ਼ ਦੀ ਟੈਨਸ਼ਨ ਨਹੀਂ ਦਿੰਦੀ। ਸੋ ਪਲੇਅਰਸ ਲਈ ਜੌਬ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਪਲੇਅਰਸ ਨੂੰ ਜੌਬ ਜਲਦੀ ਤੋਂ ਜਲਦੀ ਦਿੱਤੀ ਜਾਵੇ ਕਿ ਪਲੇਅਰਾਂ ਦਾ ਜਿਹੜਾ ਮਿਹਨਤ ਜਿਹੜੀ ਆਪਣੇ ਹੋਰ ਵੀ ਵਧਾ ਸਕਣ ਔਰ ਜਿਹੜਾ ਇਸ ਚੀਜ਼ ਤੋਂ ਟੈਨਸ਼ਨ ਜਿਹੜੀ ਹੈ ਫ੍ਰੀ ਹੋ ਸਕਣ ਥੈਂਕ ਯੂ ਜੀ ਇਹ ਲਾਸਟ ਕੁਐਸਚਨ ਹਾਕੀ ਟੀਮ ਹੈ ਜਿਹੜੀ ਪਿਛਲੇ ਕੁਝ ਸਾਲਾਂ ਤੋਂ ਤੁਸੀਂ ਕਿੱਥੇ ਜੇ ਪੋਜੀਸ਼ਨ ਦੇਖਦੇ ਹੋ ਮਤਲਬ ਕਿੰਨਾ ਕੁ ਅੱਪ ਗਈ ਹੈ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਤੇ ਵਰਕ ਕਰਨ ਦੀ ਲੋੜ ਹੈ ਬਿਲਕੁਲ ਜਿਵੇਂ 올림픽ਸ ਤੋਂ ਬਾਅਦ ਬਹੁਤ ਸਾਰੇ ਗੇਮਾਂ ਜਿਹੜੀਆਂ ਉੱਪਰ ਗਿਆ ਨੇ ਸਪੈਸ਼ਲ ਹਾਕੀ ਵੀ ਬਹੁਤ ਜ਼ਿਆਦਾ ਉੱਪਰ ਗਈ ਹੈ ਸੋ ਮੈਂ ਸਰਕਾਰ ਨੂੰ ਤੋਂ ਇਹ ਉਮੀਦ ਕਰਦੀ ਆ ਕਿ ਪਲੇਅਰਾਂ ਨੂੰ ਅੱਛੀ ਡਾਈਟ ਦਿੱਤੀ ਜਾਵੇ ਅੱਛੇ ਗਰਾਊਂਡਸ ਦਿੱਤੇ ਜਾਣ ਕੋਚਸ ਦਿੱਤੇ ਜਾਣ ਹੋਸਟਲਸ ਦਿੱਤੇ ਜਾਣ ਜਿੱਥੇ ਰਹਿ ਕੇ ਪਲੇਅਰਸ ਆਪਣੀ ਮਿਹਨਤ ਕਰ ਸਕਣ ਤਾਂ ਜੋ ਜੋ ਛੋਟੇ ਬੱਚੇ ਵੀ ਉੱਠ ਕੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਕਰ ਸਕਣ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੁਰਜੀਤ ਕੌਰ ਦੇ ਨਾਲ ਗੱਲ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਕਿ ਕਿ ਬਸੇ ਸਰਕਾਰ ਚਲੋ ਹੌਸਲਾ ਵਜਾਈ ਜ਼ਰੂਰ ਵਧਾਰੀ ਹੈਗੀ ਹੈ ਤੇ ਅਜੇ ਵੀ ਚਾਏ ਉਹ ਜੌਬ ਦੇਣ ਦੀ ਗੱਲ ਹੋਵੇ ਜਾਂ ਹੋਰ ਕਈ ਚੀਜ਼ਾਂ ਹੋਣ ਪਲੇਅਰਸ ਨੂੰ ਓਨੀ ਫੈਸਿਲਿਟੀ ਨਹੀਂ ਮਿਲ ਰਹੀ ਜਿੰਨੀ ਦੇਣੀ ਚਾਹੀਦੀ ਪਰ ਨਵੀਂ ਸਰਕਾਰ ਹੈ ਪੰਜਾਬ ਦੇ ਵਿੱਚ ਸੋ ਇਹਨਾਂ ਤੋਂ ਆਸ ਹੈ ਜਿਹੜੀ ਖਿਡਾਰੀਆਂ ਨੂੰ ਉਹ ਕਿਤੇ ਨਾ ਕਿਤੇ ਹੈਗੀ ਹੈ ਸੋ ਦੇਖਣ ਵਾਲੀ ਗੱਲ ਹੋਊਗੀ ਸਰਕਾਰ ਹੁਣ ਇਹਨਾਂ ਖਿਡਾਰੀਆਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕੰਮ ਕਰੂਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼